ਪੰਜਾਬੀ ਇੰਡਸਟਰੀ ਦੇ ਐਕਸ਼ਨ ਸਟਾਰ ਦੇਵ ਕਰੋੜ, ਇਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਇਹਨਾਂ ਨੇ ਜਿਹੜਾ ਵੀ ਰੋਲ ਨਿਭਾਇਆ ਹੈ ਉਹ ਸੁਪਰਹਿੱਟ ਹੋਇਆ ਹੈ, ਚਾਹੇ ਬਲੈਕੀਏ ਵਿੱਚ ਗਾਮੇ ਦਾ ਜਾਂ ਫਿਰ ਮੋੜ ਫਿਲਮ ਵਿੱਚ ਕਿਸ਼ਨੇ ਮੋੜ ਦਾ। ਇਹਨਾਂ ਦੀ ਇੱਕ ਹੋਰ ਨਵੀਂ ਮੂਵੀ ਅਨਾਊਂਸ ਕੀਤੀ ਗਈ ਆ, ਇਸ ਮੂਵੀ ਦਾ ਨੇਮ ਹੈ ਮਜੈਲ। ਜੇ ਗੱਲ ਕਰੀਏ ਸਟਾਰਕਾਸਟ ਬਾਰੇ ਤਾਂ ਇਸ ਮੂਵੀ ਦੇ ਵਿੱਚ ਦੇਵ ਖਰੋੜ, ਰੂਪੀ ਗਿੱਲ, ਗੁੱਗੂ ਗਿੱਲ, ਹੌਬੀ ਧਾਲੀਵਾਲ, ਵੱਡਾ ਗਰੇਵਾਲ, ਕੁੱਲ ਸਿੱਧੂ, ਧੀਰਜ ਕੁਮਾਰ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਗੁਰਪ੍ਰੀਤ ਭੁੱਲਰ ਵੱਲੋਂ ਲਿਖਿਆ ਗਿਆ ਹੈ ਅਤੇ ਇਸ ਮੂਵੀ ਨੂੰ ਧੀਰਜ ਰਤਨ ਡਾਇਰੈਕਟ ਕਰਨਗੇ। ਇਹ ਮੂਵੀ ਨੂੰ ਗੀਤ MP3 ਅਤੇ JBCO ਫਿਲਮ ਵੱਲੋਂ ਪ੍ਰਸੈਂਟ ਕੀਤਾ ਜਾਊਗਾ। ਜੇ ਗੱਲ ਕਰੀਏ ਇਸ ਮੂਵੀ ਦੇ ਬਾਰੇ ਤਾਂ ਇਹ ਮੂਵੀ ਦੀ ਸ਼ੂਟਿੰਗ ਸ਼ੁਰੂ ਹੋ ਗਈ ਆ, ਅੱਗੇ ਇਸ ਮੂਵੀ ਦੇ ਤੁਸੀਂ ਪੋਸਟਰ ਦੇਖ ਸਕਦੇ ਜੇ। ਜੇ ਗੱਲ ਕੀਤੀ ਜਾਵੇ ਰਿਲੀਜ਼ ਬਾਰੇ ਤਾਂ ਇਹ ਮੂਵੀ ਇਸ ਸਾਲ ਨਹੀਂ ਦੇਖਣ ਮਿਲੂਗੀ, ਕਿਉਂਕਿ ਇਸ ਸਾਲ ਇਹਨਾਂ ਦੀਆਂ ਪਹਿਲਾਂ ਹੀ ਦੋ ਫਿਲਮਾਂ ਆ ਰਹੀਆਂ ਨੇ, ਜੋ ਉੱਚਾ ਦਰ ਬਾਬੇ ਨਾਨਕ ਦਾ ਜੋ 12 ਜੁਲਾਈ ਨੂੰ, ਇਸ ਦੇ ਬਾਅਦ Gandhi 3 ਜੋ 30 ਅਗਸਤ ਨੂੰ ਸਿਨੇਮਾ ਘਰਾਂ 'ਚ ਆਏਗੀ। ਜੇ ਗੱਲ ਕੀਤੀ ਜਾਵੇ ਇਸ ਮੂਵੀ ਦੀ ਰਿਲੀਜ਼ ਬਾਰੇ ਤਾਂ ਇਹ ਮੂਵੀ ਸਾਨੂੰ ਸੰਨ 2025 ਵਿੱਚ ਦੇਖਣ ਮਿਲੂਗੀ। ਉਹਨਾਂ ਸਿਰਫ ਅਜੇ ਇਹੀ ਦੱਸਿਆ ਹੈ, ਰਿਲੀਜ਼ ਅਜੇ ਕਨਫਰਮ ਨਹੀਂ ਕੀਤੀ ਗਈ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅੱਗੇ ਜੋ ਵੀ ਅਪਡੇਟ ਆਏਗੀ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ। ਧੰਨਵਾਦ।